ਗਿਆਨਮ ਸੰਸਥਾ ਵੱਲੋਂ ਵਿਕਲੀ ਪਹਿਲ ਕਰਦਿਆਂ ਚਲੰਤ ਮਾਮਲਿਆਂ ਦੀ ਜਾਣਕਾਰੀ ਪੰਜਾਬੀ ਵਿੱਚ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਤਹਿਤ ਕਰੰਟ ਅਫੇਅਰਜ਼ ਮੈਗਜ਼ੀਨ ਦਾ ਤਾਜ਼ਾ ਅੰਕ ਚੜ੍ਹਦੀ ਕਲਾ ਟਾਈਮ ਟਿਵ ਦੇ ਦਫ਼ਤਰ ਵਿੱਚ ਰਿਲੀਜ਼ ਕੀਤਾ ਗਿਆ ਅਤੇ ਇਸ ਨੂੰ ਰਿਲੀਜ਼ ਕਰਨ ਦੀ ਰਸਮ ਮਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਅਦਾ ਕੀਤੇ ਇਸ ਮੌਕੇ ਗਿਆਨਮ ਦੇ ਐਮ ਡੀ ਬਰਿੰਦਰ ਮੋਹਨ ਸਿੰਘ ਗਰੋਵਰ ਗਿਆਨਮ ਦੇ ਐਡਵਾਈਜ਼ਰ ਸੋਹਣ ਸਿੰਘ ਕਲਰਾ ਡਾਇਰੈਕਟਰ ਰਕੇਸ਼ रस्तोगी ਗਿਆਨਮ ਪਾਰਸਲ ਦੇ ਸੈਂਟਰਲ ਹੈੱਡ ਪ੍ਰਦੀਪ ਗੋਇਲਮ ਗਿਆਨਮ ਦੇ ਬਿਜ਼ਨਸ ਡਿਵੈਲਪਮੈਂਟ ਅਫਸਰ ਮਨੀਸ਼ ਚਲਾਣਾ ਮੌਜੂਦ ਸਨ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਸੁਰਜੀਤ ਸਿੰਘ ਰਖੜਾ ਨੇ ਇਸ ਉਪਰਾਲੇ ਲਈ ਵਿਰੇਂਦਰ ਮੋਹਨ ਸਿੰਘ ਦੀ ਸ਼ਲਾਘਾ ਕੀਤੀ ਇਸ ਮੌਕੇ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਚਲੰਤ ਮਾਮਲਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਇਸ ਨਾਲ ਮਿਲ ਸਕੇਗੀ ਪੰਜਾਬ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਗਿਆਨਮ ਦੀ ਟੀਮ ਸਾਡੀ ਸਾਰੀ ਛੜ ਦੀ ਗਲਾ ਟਾਈਮ ਟੀਵੀ ਦੇ ਵਿੱਚ ਹਾਜ਼ਰ ਹੈ ਔਰ ਜੋ ਇਹਨਾਂ ਨੇ ਨਵਿਕਲੀ ਕਿਸਮ ਦਾ ਇਹ ਉਦਮ ਕੀਤਾ ਕਿ ਪੰਜਾਬ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਅਸੀਂ ਚਲੰਤ ਮਸਲਿਆਂ ਬਾਰੇ ਗ੍ਰੈਂਟ ਅਫੇਅਰਜ਼ ਬਾਰੇ ਜਾਣਕਾਰੀ ਦੇਈਏ ਤੇ ਬੱਚਿਆਂ ਨੂੰ ਇਹ ਵੀ ਪਤਾ ਲੱਗੇ ਕਿ ਕਿੱਥੇ-ਕਿੱਥੇ ਵੈਕੈਂਸੀਜ਼ ਅਵੇਲੇਬਲ ਹਨ ਤੇ ਉਹਨਾਂ ਦੀ ਤਿਆਰੀ ਵੀ ਕਰਵਾਈਏ ਪਿਛਲੇ ਸਾਲਾਂ ਵਿੱਚ ਮੈਂ ਦੇਖ ਰਿਹਾ ਕਿ ਜੋ ਗਿਆਨਮ ਨੇ ਕੰਮ ਕੀਤਾ ਹੈ ਉਹ ਸਾਡੀ ਜੋ ਅੱਜ ਕੌਮ ਵਿੱਚ ਸਭ ਤੋਂ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਾਡੇ ਬੱਚੇ ਸਿਵਲ ਸਰਵਿਸਿਜ਼ ਦੇ ਵਿੱਚ ਘਟ ਆ ਰਹੇ ਹਨ ਬਿਹਾਰ ਤੋਂ ਯੂਪੀ ਤੋਂ ਬਾਹਰ ਲਿਆ ਸਟੇਟਾਂ ਦੇ ਅਫਸਰ ਇੱਥੇ ਆ ਕੇ ਸੀਨੀਅਰ ਸਬਡੈਂਟ ਪੁਲਿਸ ਸਿਪਟੀ ਕਮਿਸ਼ਨਰ ਪੀਸੀਐਸ ਹੋਰ ਸਾਰੀਆਂ ਪੋਸਟਾਂ ਉਹਨਾਂ ਨਾਲ ਹੀ ਭਰੀਆਂ ਪਈਆਂ ਉਹਨਾਂ ਤੇ ਪੰਜਾਬ ਦੇ ਹੌਣ ਹਰ ਨੌਜਵਾਨ ਇਹਨਾਂ ਉੱਚੀਆਂ ਪੋਸਟਾਂ ਤੇ ਬਹੁਤ ਘੱਟ ਨਜ਼ਰ ਆ ਰਹੇ ਹਨ ਤੋਂ ਇਸ ਘਾਟ ਨੂੰ ਪੂਰਾ ਕਰਨ ਲਈ ਜੋ ਇਹ ਕਮਾਲ ਦਾ ਕੰਮ ਇਹਨਾਂ ਨੇ ਕੀਤਾ ਹੈ ਖਾਸ ਕਰਕੇ ਇਹ ਕੰਪੀਟੀਸ਼ਨ ਦੀ ਤਿਆਰੀ ਵਾਸਤੇ ਜੋ ਪੰਜਾਬੀ ਦਾ ਇਹਨਾਂ ਨੇ ਮੈਗਜ਼ੀਨ ਸ਼ੁਰੂ ਕੀਤਾ ਹੈ ਮੈਂ ਉਸ ਲਈ ਇਹਨਾਂ ਦੀ ਪੂਰੀ ਟੀਮ ਨੂੰ ਦਿਲੋਂ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਪੇਟ ਕਰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪਹਿਲਾਂ ਇਹਨਾਂ ਦਾ ਗਿਆਨਮੰਦਾ ਪ੍ਰੋਜੈਕਟ ਕਾਮਯਾਬ ਹੋਇਆ ਹੈ ਉਸੇ ਤਰ੍ਹਾਂ ਇਹਨਾਂ ਦਾ ਇਹ ਕੰਪੀਟੀਸ਼ਨ ਵਾਸਤੇ ਕਰੰਟ ਅਫੇਅਰਸ ਦਾ ਮੈਗਜ਼ੀਨ ਵੀ ਸਫਲਤਾ ਹਾਸਲ ਕਰੇਗਾ ਅਤੇ ਅਸੀਂ ਜਲਦੀ ਕਲਾ ਟਾਈਮ ਟੀਵੀ ਜਲਦੀ ਕਲਾ ਅਖਬਾਰ ਅਤੇ ਸਾਰੇ ਆਪਣੇ ਮੀਡੀਆ ਗਰੁੱਪ ਵੱਲੋਂ ਇਹਨਾਂ ਨੂੰ ਪੂਰਾ ਯੋਗਦਾਨ ਦੇਾਂਗੇ ਕਿ ਅਸੀਂ ਪਿਛਲੇ ਤਕਰੀਬਨ 2 ਸਾਲ ਤੋਂ ਯਤਨ ਕਰ ਰਹੇ ਸੀ ਕਿ ਬੱਚਿਆਂ ਨੂੰ ਬਾਹਰ ਜਾਣ ਦੀ بجائے ਵਿਦੇਸ਼ ਵਿੱਚ ਜਾ ਕੇ ਰੁੱਲਣ ਦੀ بجائے ਇੱਥੇ ਅਗਰ ਉਹਨਾਂ ਨੂੰ ਅੱਛੀਆਂ ਪੋਸਟਾਂ ਮਿਲਣ ਅੱਛੀਆਂ ਆਪਰਚੂਨਿਟੀਆਂ ਮਿਲਣ ਉਹਨਾਂ ਦਾ ਫਿਊਚਰ ਬ੍ਰਾਈਟ ਹੋਏ ਤੇ ਇਹ ਪੰਜਾਬ ਦੀ ਬਹੁਤ ਵੱਡੀ ਸੇਵਾ ਹੋਏਗੀ ਮੈਂ ਬਹੁਤ ਬਹੁਤ ਮੁਬਾਰਕਬਾਦ ਦੇ ਕੇ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੇਰੇ ਵੀਰ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਫਾਰਮਰ ਕੈਬਨਟ ਮਿਨਿਸਟਰ ਪੰਜਾਬ ਉਹਨਾਂ ਦੇ ਦਸਤੇ ਮੁਬਾਰਕ ਨਾਲ ਅੱਜ ਅਸੀਂ ਇਸ ਨੂੰ ਰਿਲੀਜ਼ ਕੀਤਾ ਹੈ ਅਤੇ ਉਹਨਾਂ ਨੇ ਵੀ ਬੜੀ ਸ਼ਿੱਦਤ ਨਾਲ ਇਹ ਆਸ ਪ੍ਰਗਟ ਕੀਤੀ ਹੈ ਕਿ ਸੱਚਮੁੱਚ ਹੀ ਜੋ ਪੰਜਾਬ ਦੀ ਲੋੜ ਸੀ ਸਾਡੀ ਜਵਾਨੀ ਦੀ ਲੋੜ ਸੀ ਔਰ ਇਸ ਖੇਤਰ ਦੇ ਵਿੱਚ ਕੰਮ ਕਰਨ ਦੀ ਲੋੜ ਸੀ ਉਹ ਇਸ ਮੈਗਜ਼ੀਨ ਨਾਲ ਜ਼ਰੂਰ ਸਫਲਤਾ ਹੋਏਗੀ ਪੰਜਾਬੀ ਦੇ ਵਿੱਚ ਗਿਆਨ ਕਰੰਟ ਅਫੇਅਰਸ ਲੈ ਕੇ ਆਉਣਾ ਇਹ ਮੇਰਾ ਖਿਆਲ ਹੈ ਇੱਕ ਰੈਵਿਊਸ਼ਨ ਹੈ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਬੱਚਿਆਂ ਨੂੰ ਬਹੁਤ ਵੱਡਾ ਹੌਸਲਾ ਹੋਊਗਾ ਤੇ ਜਿੰਨੀ ਮੁਬਾਰਕਬਾਦ دی ਉਹਨੀ ਥੋੜੀ ਹੈ ਔਰ ਗੁਰੂ ਕਿਰਪਾ ਕਰੂਗਾ ਕਿ ਪੰਜਾਬੀ ਦੇ ਵਿੱਚ ਮੇਰਾ ਖਿਆਲ ਇਹ ਹੈ ਪਹਿਲੀ ਵਾਰੀ ਇਹਨਾਂ ਨੇ ਹੌਸਲਾ ਕੀਤਾ ਹੈ ਜਿਹੜਾ ਇੰਨਾ ਹਿੰਮਤ ਮਿੰਤ ਕੀਤੀ ਹੈ ਤੇ ਇਹ ਜਿਹੜਾ ਕੰਪੀਟੀਸ਼ਨ ਦੇ ਵਿੱਚ ਆਉਣਾ ਪੰਜਾਬੀ ਦੇ ਵਿੱਚ ਆਉਣਾ ਇਹ ਜਿੰਨੀ ਮੁਬਾਰਕਬਾਦੀ ਉਹਨੀ ਥੋੜੀ ਹੈ ਬਹੁਤ ਧੰਨਵਾਦ ਸਰ ਮਿੰਨੇ ਨਿਕਲਿਆ ਕਰ ਮੈਂ ਗਿਆਨ ਵੱਲੋਂ ਸਰਜਰ ਸਰਜੀਤ ਸਿੰਘ ਜੀ ਰਖੜਾ ਫਾਰਮਰ ਕੈਬਨਿਟ ਮਿਨਿਸਟਰ ਔਰ ਦਰਦੀ ਸਾਹਿਬ ਦਾ ਦੇ ਲੋ ਮਸ਼ਕੂਰ ਹਾਂ ਕਿ ਇਹਨਾਂ ਨੇ ਸਾਡੇ ਪੰਜਾਬੀ ਦਾ ਜਿਹੜਾ ਮੈਗਜ਼ੀਨ ਹੈ ਪੰਜਾਬੀ ਦੇ ਵਿੱਚ ਪਹਿਲੀ ਵਾਰ ਕਰੰਟ ਅਫੇਅਰ ਦੇ ਉੱਤੇ ਇੱਕ ਮੈਗਜ਼ੀਨ ਪ੍ਰਿੰਟ ਆਇਆ ਹੈ ਔਰ ਇਹ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਡਿਮਾਂਡ ਸੀਗੀ ਕਿਉਂਕਿ ਜਿੰਨੇ ਵੀ ਮੈਗਜ਼ੀਨ ਪਬਲਿਸ਼ ਹੋ ਰਹੇ ਸੀਗੇ ਜਾਂ ਤਾਂ ਉਹ ਇੰਗਲਿਸ਼ ਪਬਲਿਸ਼ ਹੋ ਰਹੇ ਸੀਗੇ ਜਾਂ ਹਿੰਦੀ ਵਿੱਚ ਸੀਗੇ ਪੰਜਾਬੀ ਜ਼ੁਬਾਨ ਦੇ ਵਿੱਚ ਕਰੰਟ ਅਫੇਅਰ ਦੇ ਉੱਤੇ ਹਾਲੇ ਤੱਕ ਕੋਈ ਮੈਗਜ਼ੀਨ ਨਹੀਂ ਸੀਗਾ ਅਸੀਂ ਇੱਕ ਸਾਡੀ ਕੋਸ਼ਿਸ਼ ਹੈ ਇਹ ਕਿ ਪੰਜਾਬ ਦੇ ਬੱਚਿਆਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬੀ ਦੀ ਚੜ੍ਹਤ ਵਾਸਤੇ ਇਹ ਮੈਗਜ਼ੀਨ ਜਿਹੜਾ ਸੀਗਾ ਉਹਨਾਂ ਦੇ ਕਾਮਯਾਬੀ ਦੇ ਵਾਸਤੇ ਬਹੁਤ ਉਹਨਾਂ ਦੀ ਕਾਮਯਾਬੀ ਵਿੱਚ ਬਹੁਤ ਵੱਡੀ ਇੱਕ ਸਟੈਪ ਹੋਏਗਾ ਔਰ ਖਾਸ ਤੌਰ ਤੇ ਕੰਪੀਟੀਸ਼ਨ ਦੇ ਇਗਜ਼ਾਮਸ ਦੇ ਵਿੱਚ ਜਿੱਥੇ ਕਿ ਕਰੰਟ ਅਫੇਅਰ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਬੱਚਿਆਂ ਵਾਸਤੇ ਜਿਹੜਾ ਸੀਗਾ ਇਹਦੀ ਬਹੁਤ ਵੱਡੀ ਜਿਹੜੀ ਘਾਟ ਸੀ ਉਹਨੂੰ ਪੂਰੀ ਕਰੇਗਾ ਔਰ ਇਹਦੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਾ ਨਾ ਜਨਾ ਕਿ ਆਦੀ ਤਰੀਕ ਦੇ ਵਿੱਚ ਬਾਹਰ ਜਾਣਾ ਇੱਕ ਬਣੀ ਹੋਈ ਹੈ ਰਵਾਇਤ ਬਣੀ ਹੋਈ ਹੈ ਉਸ ਚੀਜ਼ ਨੂੰ ਅਸੀਂ ਕਿਤੇ ਨਾ ਕਿਤੇ ਥੰਮ ਪਾਉਣ ਦੀ ਕੋਸ਼ਿਸ਼ ਕਰਾਂਗੇ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਪੰਜਾਬ ਦਾ ਸਿਗਾ ਉਹ ਪਰਫੁੱਲਫੁੱਲ ਹੋਵੇ ਔਰ ਪੜਿਆ ਲਿਖਿਆ ਪੰਜਾਬ ਹੋਵੇ ਔਰ ਅਸੀਂ ਕੋਸ਼ਿਸ਼ ਸਾਡੀ ਇਹ ਹੈਗੀ ਹੈ ਕਿ ਜਿਵੇਂ ਲੰਗਰ ਲਾਉਂਦੇ ਆ ਅਸੀਂ ਲੰਗਰ ਨਹੀਂ ਹੁਣ ਅਸੀਂ ਸਿੱਖਿਆ ਦਾ ਲੰਗਰ ਜਿਹੜਾ ਸਿਗਾ ਉਹ ਸ਼ੁਰੂ ਕਰਨਾ ਚਾਹੁੰਦੇ ਆ ਉਹ ਸਾਡੀ ਇੱਕ ਉਦਮ ਹੋਏਗਾ ਔਰ ਅੱਜ ਚੜ੍ਹਦੀ ਕਲਾ ਨੇ ਜਿਹੜਾ ਸਿਗਾ ਇਸ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਬਹੁਤ ਮਸ਼ਕੂਰ ਹਾਂ ਦਰਦੀ ਸਾਹਿਬ ਦਾ ਕਿ ਇਸ ਪਹਿਲ ਦੇ ਵਿੱਚ ਉਹਨਾਂ ਨੇ ਲੰਗਰ ਜਿਹੜਾ ਸੀਗਾ এডਿਕੇਸ਼ਨ ਦਾ ਲੰਗਰ ਉਹਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਇਸ ਨੂੰ ਪਹਿਲ ਦਿੱਤੀ ਹੈ ਔਰ ਇਹ ਜਿਹੜੀ ਕੋਸ਼ਿਸ਼ ਹੈਗੀ ਹੈ ਇਹ ਕਾਮਯਾਬ ਹੋਏਗੀ ਔਰ ਇਹਨਾਂ ਦੇ ਜਿਹੜਾ ਸੀਗਾ ਸਿਰ ਤੇ ਹੱਥ ਰੱਖਿਆ ਉਹਦੇ ਨਾਲ ਜਿਹੜਾ ਸੀਗਾ ਅਸੀਂ ਹੋਰ ਅੱਗੇ ਆਪਣੇ ਸਟੈਪਸ ਦੇ ਵਿੱਚ ਕਾਮਯਾਬ